Jithe Jaye Bahye. Bhala Kahiye. Gur ka darshan dekh dekh jeeva, gur ke charan toye toye peeva. Tis gur ko simro saas saas, gur mere pran sat gur meri raas. ਤਿਸ ਗੁਰ ਕੋ ਚੁਲਾਵੋਂ ਪਾਖਾ ਮਹਾਂ ਅਗਨ ਤੇ ਹੱਥ ਦੇ ਰਾਖਾ ਤਿਸ ਗੁਰ ਕੇ ਗ੍ਰਹਿ ਢੋਵੋਂ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋਕੋ ਦੀ ਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਭੈ ਭਰਮ ਦੁੱਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਕਲ ਕਲੇਸ਼ ਭੈ ਭਰਮ ਦੁੱਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਬਚਨ ਗੁਰੂ ਦੇ ਪ੍ਰਤੀ ਸ਼ਰਧਾ ਅਤੇ ਭੈ ਭਾਵਨੀ ਨੂੰ ਉਜਾਗਰ ਕਰਨ ਦੀ ਪ੍ਰਤੀਤ ਅਤੇ ਸੋਝੀ ਬਖਸ਼ਦੇ ਹਨ ਗੁਰੂ ਦੇ ਪ੍ਰਤੀ ਸਿੱਖ ਦੀ ਸ਼ਰਧਾ ਕਿਹੋ ਜਿਹੀ ਹੋਵੇ ਗੁਰੂ ਦੇ ਪ੍ਰਤੀ ਸਿੱਖ ਦੇ ਜੀਵਨ ਵਿੱਚ ਭਾਵਨਾ ਕੈਸੀ ਹੋਵੇ ਸਤਿਗੁਰਾਂ ਨੇ ਥਾਂ ਥਾਂ 'ਤੇ ਇਸ ਗੱਲ ਦੀ ਸੋਝੀ ਪ੍ਰਗਟਾਈ ਹੈ ਤਾਂ ਜੋ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਦੁਚਿੱਤੀ ਪ੍ਰਗਟ ਨਾ ਹੋਵੇ ਜੀਵਨ ਗੁਰੂ ਦੇ ਪ੍ਰਤੀ ਸ਼ਰਧਾਵਾਨ ਅਤੇ ਪੂਰਨ ਤੌਰ 'ਤੇ ਗੁਰੂ ਦੇ ਚਰਨਾਂ ਵਿੱਚ ਸੀਸ ਭੇਟ ਕੀਤਿਆਂ ਭਾਵ ਆਪਣੀ ਮਤ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਗੁਰੂ ਦੀ ਮਤ ਨੂੰ ਜੀਵਨ ਵਿੱਚ ਧਾਰਨ ਦਾ ਆਨੰਦ ਕਿਵੇਂ ਬਣਦਾ ਹੈ ਕਿਸ ਪ੍ਰਕਾਰ ਗੁਰੂ ਦੇ ਲਈ ਜੀਵ ਦੇ ਅੰਦਰ ਸ਼ਰਧਾ ਪ੍ਰਗਟ ਹੁੰਦੀ ਹੈ ਇਹ ਸਤਿਗੁਰੂ ਨੇ ਆਪਣੇ ਸਿੱਖ ਨੂੰ ਗਹਿਰ ਅਤੇ ਗੰਭੀਰ ਬਾਤ ਬੜੇ ਸੁੰਦਰ ਢੰਗ ਨਾਲ ਬਾਰ ਬਾਰ ਅਨਕ ਬਾਰ ਬਾਣੀ ਵਿੱਚ ਪ੍ਰਗਟਾਈ ਹੈ ਦੀਨ ਕੇ ਦਿਆਲ ਸਤਿਗੁਰੂ ਜੋ ਸਦਾ ਬਖਸ਼ੰਦ ਨੇ ਅਤ ਸੁੰਦਰ ਮਨ ਮੋਹਣੇ ਪ੍ਰਭੂ ਦੀਆਂ ਬਾਤਾਂ ਬੜੇ ਪਿਆਰ ਨਾਲ ਜੀਵ ਨੂੰ ਸਮਝਾਉਣਾ ਕਰਦੇ ਨੇ ਪ੍ਰੇਮ ਦੇ ਅਤੇ ਸੱਚ ਦੇ ਮੁਜੱਸਮੇ ਵਾਹਿਗੁਰੂ ਨੂੰ ਜੀਵਨ ਵਿੱਚ ਕਿਵੇਂ ਆਪਣੇ ਅੰਦਰੋਂ ਪ੍ਰਗਟ ਕਰਨਾ ਤਿਸ ਸੱਚੇ ਪਿਤਾ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਨੂੰ ਕਿਵੇਂ ਪ੍ਰਾਪਤ ਕਰਨਾ ਤਿਸ ਦੀ ਸੋਝੀ ਹੋਣੀ ਇਹ ਸਤਿਗੁਰਾਂ ਨੇ ਬਾਰ ਬਾਰ ਅਨਕ ਬਾਰ ਬਾਣੀ ਵਿੱਚ ਜੀਵ ਨੂੰ ਸਮਝਾਉਣਾ ਕੀਤਾ ਐਸੇ ਸਤਿਗੁਰ ਦੀਨ ਦਿਆਲ ਜੋ ਸਦਾ ਆਪਣੇ ਭਗਤ ਜਨਾਂ 'ਤੇ ਪ੍ਰੇਮ ਵਰਸਾਉਂਦੇ ਨੇ ਸੱਚ ਦੇ ਮਾਰਗ 'ਤੇ ਟੁਰਨ ਦੀ ਪ੍ਰੇਰਣਾ ਬਖਸ਼ਦੇ ਨੇ ਸਤਸੰਗੀ ਜਨੋ ਸਾਰੇ ਧਰਮਾਂ ਦੇ ਗ੍ਰੰਥ ਸਤਿਕਾਰਯੋਗ ਨੇ ਪਵਿੱਤਰ ਨੇ ਸਿੱਖ ਨੇ ਸਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਨਮਸਕਾਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕਰਨੀ
ਮੱਥਾ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ। ਇਸ ਦਾ ਕਦਾਚਿਤ ਵੀ ਇਹ ਅਰਥ ਨਹੀਂ ਕਿ ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ ਤਾਂ ਦੂਜੀਆਂ ਧਰਮ ਪੁਸਤਕਾਂ ਦਾ ਅਪਮਾਨ ਹੁੰਦਾ। ਸਤਿਕਾਰ ਸਭ ਦਾ ਕਰੀਏ। ਜਿਵੇਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਅਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਸਤਿਕਾਰ ਦਿੰਦੇ ਹਾਂ, ਭਾਵੇਂ ਰਿਸ਼ਤੇ ਕਰਕੇ ਕੋਈ ਤਾਇਆ ਹੋਵੇ, ਚਾਚਾ ਹੋਵੇ, ਮਾਮਾ ਹੋਵੇ ਜਾਂ ਕੋਈ ਹੋਰ ਰਿਸ਼ਤਾ ਹੋਵੇ, ਆਪਣੇ ਤੋਂ ਵੱਡਿਆਂ ਨੂੰ ਸਤਿਕਾਰ ਦਿੰਦੇ ਹਾਂ। ਪਰ ਪਿਓ ਤਾਂ ਕੇਵਲ ਇੱਕ ਹੀ ਹੋਇਆ ਕਰਦਾ ਨਾ, ਪਿਓ ਤਾਂ ਕਦੇ ਦੋ ਨਹੀਂ ਹੁੰਦੇ। ਸਤਸੰਗੀ ਜਨੋ, ਠੀਕ ਇਸੇ ਪ੍ਰਕਾਰ ਸਤਿਕਾਰ ਸਭ ਦਾ ਕਰੀਏ, ਪਰ ਜਦੋਂ ਪਿਓ ਦੀ ਗੱਲ ਆਵੇ ਤਾਂ ਇੱਕ ਅਕਾਲ ਪੁਰਖ 'ਤੇ ਭਰੋਸਾ ਕਰਨਾ, ਥਾਂ ਥਾਂ 'ਤੇ ਮੱਥਾ ਨਹੀਂ ਲਾਉਣਾ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਸਾਡਾ ਜੋ ਬਾਪ ਹੈ ਨਿਰੰਕਾਰ ਆਪ ਵਾਹਿਗੁਰੂ। ਨਿਤਾ ਪ੍ਰਤੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕਿਹਾ ਕਾਲਾ ਜੀਓ। ਤੁਮਰੀ ਕਿਰਪਾ 'ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੈ, ਨਾ ਹੀ ਕਿਛ ਅਸਾੜਾ ਜੀਓ। ਪ੍ਰਾਪਤ ਕਿਵੇਂ ਹੁੰਦਾ? ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰ ਪੂਰੈ ਵਜੀ ਵਧਾਈ, ਨਾਨਕ ਜਿੱਤਾ ਬਿਖਾੜਾ ਜੀਓ। ਨਾਮ ਜਪਿਆ, ਉਸ ਵਾਹਿਗੁਰੂ ਪਰਮਾਤਮਾ ਨੂੰ ਅਰਾਧਿਆ, ਉਸ ਦਾ ਚਿੰਤਨ ਕੀਤਿਆਂ ਉਸ ਦੇ ਨਾਲ ਨੇੜਤਾ ਵੱਧਦੀ ਹੈ ਅਤੇ ਦੁਨਿਆਵੀ ਪਦਾਰਥਾਂ ਨਾਲੋਂ ਦੂਰੀ ਵੱਧਦੀ ਚਲੀ ਜਾਂਦੀ ਹੈ। ਭਾਓ ਜਿਉਂ ਜਿਉਂ ਪਰਮਾਤਮਾ ਦੇ ਨੇੜੇ ਹੁੰਦੇ ਹਾਂ ਦੁਨਿਆਵੀ ਪਦਾਰਥਾਂ ਦਾ ਮੋਹ ਘਟਦਾ ਚਲਿਆ ਜਾਂਦਾ ਹੈ। ਇਹ ਕੁਦਰਤੀ ਸੁਭਾਅ ਹੈ। ਪਰਿਪੂਰਨ ਪਰਮਾਤਮਾ ਦਾ ਨਾਮ ਜਪਣਾ, ਤਿਸ ਨੂੰ ਧਿਆਉਣਾ, ਸੱਚੇ ਦੀ ਗੱਲ ਕਰਨਾ, ਵੱਡੇ ਦੀ ਵੱਡੀ ਵਡਿਆਈ ਕਰਨੀ, ਸਿਫਤ ਸਲਾਹ ਕਰਨੀ, ਇਹ ਧਰਮ ਹੈ। ਇਹ ਦੁਨਿਆਵੀ ਪਦਾਰਥਾਂ ਤੋਂ ਉੱਚੀ ਅਵਸਥਾ ਹੈ। ਦੁਨਿਆਵੀ ਪਦਾਰਥ ਭਾਵੇਂ ਮਨੁੱਖ ਨੂੰ ਬਹੁਤ ਚੰਗੇ ਜਾਪਦੇ ਨੇ, ਦੁਨਿਆਵੀ ਪਦਾਰਥਾਂ ਵਿੱਚ ਖਚਤ ਹੋਇਆ ਜੀਵ ਕਈ ਵੇਰਾਂ ਰੱਬ ਨੂੰ ਵੀ ਭੁੱਲ ਜਾਂਦਾ ਹੈ। ਪਰ ਦੁਨਿਆਵੀ ਪਦਾਰਥ ਇੱਕ ਦਿਹਾੜੇ ਜੋ ਅਸੀਂ ਸੁੱਖ ਸਮਝਦੇ ਹਾਂ, ਜਿਨ੍ਹਾਂ ਦੁਨਿਆਵੀ ਪਦਾਰਥਾਂ ਦਾ ਸੁੱਖ ਮੰਨਦੇ ਹਾਂ, ਹੌਲੇ ਹੌਲੇ ਉਹੀ ਪਦਾਰਥ ਦੁੱਖ ਦਾ ਕਾਰਨ ਵੀ ਬਣ ਜਾਇਆ ਕਰਦੇ ਨੇ। ਨਾਮ ਇੱਕ ਐਸੀ ਦਾਤ ਹੈ ਜਿਹਨੂੰ ਜੀਵਨ ਵਿੱਚ ਧਾਰਨ ਕੀਤਿਆਂ, ਜਿਸ ਦਾ ਸਿਮਰਨ ਕਰਦਿਆਂ ਦੁੱਖ ਵੱਧਦੇ ਨਹੀਂ, ਸਗੋਂ ਜੀਵਨ ਵਿੱਚੋਂ ਦੁੱਖ ਘਟਦਿਆਂ ਘਟਦਿਆਂ ਇੱਕ ਦਿਨ ਸਮਾਪਤ ਹੋ ਜਾਂਦੇ ਨੇ। ਦੁਨਿਆਵੀ ਪਦਾਰਥਾਂ ਨੂੰ ਜਿੰਨਾ ਹੰਢਾਉਂਦੇ ਹਾਂ ਉਨਾ ਹੀ ਵੱਧ ਉਹਨਾਂ ਦੀ ਲੋੜ ਹੋਰ ਮਹਿਸੂਸ ਹੁੰਦੀ ਹੈ। ਪਰ ਸਤਿਗੁਰੂ ਦੀਨ ਦਿਆਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰ ਵਾਰ ਇਹੀ ਸਮਝਾਉਣਾ ਕਰਦੇ ਨੇ, ਹਰੀ ਨਾਮ ਦਾ ਜੋ ਪ੍ਰੇਮ ਪਦਾਰਥ ਹੈ ਇਹ ਜੀਵਨ ਵਿੱਚੋਂ ਕਸ਼ਟ ਹਰਦਾ ਹੈ, ਦੁੱਖਾਂ ਨੂੰ ਸਮਾਪਤ ਕਰਦਾ ਹੈ,
ਤੇ ਜੀਵਨ ਵਿੱਚ ਸਦਾ ਲਈ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਦੇ ਨਾਲ ਨਾਲ ਇੱਕ ਅਵਸਥਾ ਐਸੀ ਵੀ ਆਉਂਦੀ ਹੈ ਕਿ ਜੀਵਨ ਵਿੱਚੋਂ ਪ੍ਰਾਣ ਰੂਪ ਪਰਮਾਤਮਾ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਦੀਨ ਕੇ ਦਿਆਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸੁੰਦਰ ਮੁਖਾਰ ਬਿੰਨ ਤੋਂ ਉਚਾਰਨ ਕਰਦਿਆਂ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ 'ਤੇ ਜੋ ਪੰਥ ਦੀ ਝੋਲੀ ਵਿੱਚ ਆਪਣੇ ਸੋਹਣੇ 52 ਬਚਨ ਪਾਏ, ਤਿੰਨਾਂ ਬਚਨਾਂ ਦੀ ਕਮਾਈ ਕਰਨ ਦਾ ਹੁਕਮ ਆਪਣੇ ਸਿੱਖਾਂ ਨੂੰ ਦਿੱਤਾ, ਪੰਥ ਖਾਲਸਾ ਨੂੰ ਇਹ ਆਗਿਆ ਬਖਸ਼ੀ ਇਹਨਾਂ 52 ਬਚਨਾਂ ਦੀ ਕਮਾਈ ਕਰਨੀ। ਉਹਨਾਂ 52 ਬਚਨਾਂ ਵਿੱਚੋਂ 39ਵੇਂ ਯਾਨੀ ਕਿ 39th ਬਚਨ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ। ਸਾਰੇ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਅਤੇ ਗੁਰਬਾਣੀ ਅਨੁਸਾਰ ਕਰਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਮੇਰੇ ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਐਸੀ ਦ੍ਰਿੜਤਾ ਬਖਸ਼ ਦਿੱਤੀ, ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰੇ 10ਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ, ਜਿੱਥੇ ਆਪਣੇ ਸਿੱਖਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਉੱਥੇ ਵਾਰ ਵਾਰ ਇਹੀ ਬਚਨ ਕੀਤੇ ਨੇ, ਵਾਰ ਵਾਰ ਸਮਝਾਉਣਾ ਕੀਤਾ, ਅਨੇਕ ਵਾਰ ਹੁਕਮ ਕਰ ਦਿੱਤੇ, ਪੰਥ ਖਾਲਸਾ ਨੂੰ ਆਗਿਆ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਭੈ ਭਾਵਨੀ ਦ੍ਰਿੜਤਾ ਦੇ ਨਾਲ ਕਮਾਉਣੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ। ਇੱਥੇ ਸਤਿਗੁਰੂ ਆਪਣੇ ਪਵਿੱਤਰ ਬਚਨ ਦੇ ਵਿੱਚ ਫਿਰ ਇਸ ਗੱਲ ਨੂੰ ਦ੍ਰਿੜਾਉਂਦੇ ਨੇ, ਪੰਥ ਖਾਲਸਾ ਨੂੰ ਅਤੇ ਸਮੂਹ ਜਗਤ ਨੂੰ ਸਮਝਾਉਣਾ ਕਰਦੇ ਨੇ। ਜੇ ਕੋਈ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ। ਦਾਸ ਫਿਰ ਇਸ ਬੇਨਤੀ ਨੂੰ ਪੰਥ ਦੇ ਚਰਨਾਂ ਵਿੱਚ ਵਾਰ ਵਾਰ ਕਰ ਦੇਵੇ, ਧਰਮ ਸਾਰੇ ਚੰਗੇ ਨੇ, ਧਰਮ ਪੁਸਤਕਾਂ ਵੀ ਸਾਰੀਆਂ ਚੰਗੀਆਂ ਨੇ, ਸਤਿਕਾਰ ਸਭ ਦਾ ਕਰੀਏ, ਮੰਨਣਾ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਨੂੰ। ਜਿੰਨੇ ਵੀ ਧਰਮ ਇਸ ਸੰਸਾਰ ਵਿੱਚ ਹੋਏ ਨੇ ਤਿੰਨਾਂ ਦੀਆਂ ਧਾਰਮਿਕ ਪੁਸਤਕਾਂ ਮੁਬਾਰਕ ਹੈ, ਰੱਬ ਦੀਆਂ ਗੱਲਾਂ ਕਰਦੀਆਂ ਨੇ, ਖੁਦਾ ਦੀਆਂ ਗੱਲਾਂ ਕਰਦੀਆਂ ਨੇ, ਸਤਿਕਾਰਯੋਗ ਨੇ, ਉੱਚੇ ਅਤੇ ਸੁੱਚੇ ਵਿਚਾਰ ਤਿੰਨਾਂ ਧਾਰਮਿਕ ਪੁਸਤਕਾਂ ਵਿੱਚ ਸੰਜੋਏ ਹੋਏ ਨੇ, ਜਿਨ੍ਹਾਂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਕੇ ਵੱਖ ਵੱਖ ਧਰਮ ਆਪਣੇ ਮੁਰਸ਼ਦ ਨੂੰ ਮਿਲਣ ਦਾ ਰਾਹ ਸੁਖਾਲਾ ਕਰਦੇ ਨੇ, ਮੁਰਸ਼ਦ ਤੱਕ ਪਹੁੰਚਣ ਦਾ ਯਤਨ ਕਰਦੇ ਨੇ। ਪਰ ਇੱਥੇ ਕੋਈ ਅਥ ਕਥਨੀ ਨਹੀਂ, ਜੇ ਇਸ ਗੱਲ ਨੂੰ ਡੂੰਘਾਈ ਨਾਲ ਵਿਚਾਰਿਆ ਜਾਵੇ, ਸਾਰੀਆਂ ਧਰਮ ਪੁਸਤਕਾਂ ਰੱਬ ਦੀਆਂ ਗੱਲਾਂ ਕਰਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਰੱਬ ਦੇ ਸਾਰੇ ਗੁਣ ਭਰਪੂਰ ਨੇ, ਉੱਥੇ ਇੱਕ ਗੁਣ ਜੋ ਆਪ ਜੀ ਨੂੰ ਹੋਰ ਕਿਸੇ ਥਾਂ 'ਤੇ ਨਹੀਂ ਲੱਭੇਗਾ, ਉਹ ਨਵੇਕਲਾ ਗੁਣ ਹੈ। ਜਿੱਥੇ ਸਾਰੀਆਂ ਧਰਮ ਪੁਸਤਕਾਂ ਰੱਬ ਦੀਆਂ ਗੱਲਾਂ ਕਰਦੀਆਂ ਨੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਰੱਬ ਦੀਆਂ ਗੱਲਾਂ ਨਹੀਂ ਕਰਦੇ, ਰੱਬ ਨਾਲ ਸਾਡੀਆਂ ਤੁਹਾਡੀਆਂ ਗੱਲਾਂ ਵੀ ਕਰਾਉਂਦੇ ਨੇ। ਹੁਣ ਇੱਥੇ ਕਈ ਗੁਰਮੁਖ ਹਿਰਦਿਆਂ ਦੇ ਭੀਤਰ ਇੱਕ ਸਵਾਲ ਖੜ੍ਹਾ ਹੋ ਗਿਆ, ਰੱਬ ਨਾਲ ਕਿਵੇਂ ਗੱਲਾਂ ਕਰਾਉਂਦੇ ਨੇ? ਗੁਰਮੁਖ ਜਨੋ, ਜਦੋਂ ਆਪ ਗੁਰਬਾਣੀ ਦਾ ਨਿਤਾ ਪ੍ਰਤੀ ਅਭਿਆਸ ਕਰਦੇ ਹੋ,
ਲੋੜ ਹੈ ਵਿਚਾਰਨ ਦੀ। ਜਦੋਂ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ ਹਾਂ ਤੇ ਸਤਿਗੁਰੂ ਰੱਬ ਨਾਲ ਸਾਡੀਆਂ ਸਿੱਧੀਆਂ ਗੱਲਾਂ ਕਰਾਉਂਦੇ ਨੇ। ਜਦੋਂ ਨਿਤਾ ਪ੍ਰਤੀ ਗੁਰੂ ਕਾ ਸਿੱਖ ਇਹ ਲਫ਼ਜ਼ ਪੜ੍ਹਿਆ ਕਰਦਾ, ਇਹ ਪਵਿੱਤਰ ਅੱਖਰ ਆਪਣੀ ਰਸਨਾ ਤੋਂ ਉਚਾਰਦਾ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ, ਸਭ ਤੇਰੀ ਤੂੰ ਸਭਨੀ ਤੇ ਆਇਆ। ਇੱਕ ਬੇਨਤੀ ਕਰਾਂ, ਇਹ ਹੁਣ ਕਦੇ ਵਿਚਾਰ ਕੇ ਵੇਖਣਾ ਅਸੀਂ ਕਿਹਦੇ ਨਾਲ ਗੱਲਾਂ ਕਰ ਰਹੇ ਹਾਂ। ਸਭ ਤੇਰੀ ਤੂੰ ਸਭਨੀ ਤੇ ਆਇਆ, ਜਿਸਨੋਂ ਕਿਰਪਾ ਕਰੈਂ ਤਿੰਨ ਨਾਮ ਰਤਨ ਪਾਇਆ, ਇਹ ਹੁਣ ਕਿਸ ਦੇ ਨਾਲ ਸਾਡੀਆਂ ਗੱਲਾਂ ਹੋ ਰਹੀਆਂ ਨੇ? ਨਾ ਤਾਂ ਅਸੀਂ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਮੁਖਾਤਬ ਹੋ ਕੇ ਇਹ ਗੱਲਾਂ ਕਰਦੇ ਹਾਂ, ਨਾ ਅਸੀਂ ਆਪਣੇ ਮਾਤਾ ਪਿਤਾ ਨੂੰ ਜਾਂ ਭੈਣ ਭਰਾ ਨੂੰ ਮੁਖਾਤਬ ਹੋ ਕੇ ਇਹ ਬਚਨ ਉਚਾਰਦੇ ਹਾਂ, ਅਤੇ ਨਾ ਹੀ ਅਸੀਂ ਕਿਸੇ ਗਵਾਂਢੀ ਨਾਲ, ਕਿਸੇ ਪ੍ਰਾਹੁਣੇ ਨਾਲ ਇਹ ਗੱਲਾਂ ਕਰਦੇ ਹਾਂ। ਇਹ ਗੱਲਾਂ ਸਾਡੀਆਂ ਕਿਸ ਦੇ ਨਾਲ ਹੋ ਰਹੀਆਂ ਨੇ? ਸਿੱਧੀਆਂ ਹਰੀ ਪਰਮਾਤਮਾ ਦੇ ਨਾਲ। ਹੇ ਪਰਮਾਤਮਾ ਜੀ, ਹੇ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਜੀ, ਤੁਸੀਂ ਹੀ ਇਸ ਜੀਵ ਦੇ, ਇਸ ਸ੍ਰਿਸ਼ਟੀ ਦੇ ਕਰਤੇ ਹੋ, ਤੁਸੀਂ ਸੱਚ ਦਾ ਸਰੂਪ ਹੋ, ਤੁਸੀਂ ਮਹਿੰਡੇ ਸਾਈਂ ਹੋ, ਮਾਲਕ ਹੋ, ਮੇਰੇ ਰੱਬ ਹੋ, ਖੁਦਾ ਹੋ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਹੇ ਵਾਹਿਗੁਰੂ ਜੀਓ, ਇਸ ਜਗਤ ਦੇ ਵਿੱਚ ਸਾਡੇ ਕੀਤਿਆਂ ਕੁਝ ਵੀ ਕੰਮ ਨਹੀਂ ਸਵਰਨਾ, ਤੁਸੀਂ ਜੋ ਬਖਸ਼ਿਸ਼ ਕਰਦੇ ਹੋ ਕੰਮ ਉਹੀ ਹੋਣਾ, ਕਿਉਂਕਿ ਇਹ ਸ੍ਰਿਸ਼ਟੀ ਤੁਹਾਡੇ ਹੁਕਮ ਵਿੱਚ ਚੱਲ ਰਹੀ ਹੈ। ਜੋ ਤਉ ਭਾਵੈ ਸੋਈ ਥੀਸੀ, ਹੇ ਸਤਿਗੁਰੂ, ਤੁਹਾਡੇ ਹੁਕਮ ਦੇ ਵਿੱਚ ਇਸ ਸ੍ਰਿਸ਼ਟੀ ਦਾ ਜ਼ਰਾ ਜ਼ਰਾ ਆਪਣੀ ਕਿਰਤ ਕਰ ਰਿਹਾ, ਪਾਓ ਤੁਹਾਡੇ ਹੁਕਮ ਦੇ ਵਿੱਚ ਇਹ ਸ੍ਰਿਸ਼ਟੀ ਚਲਾਏਮਾਨ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਤੁਹਾਡੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਇਹ ਜਿਤਨੇ ਵੀ ਜੀ ਜੰਤ ਹਨ, ਇਹ ਤੁਹਾਡੀ ਕਿਰਪਾ ਅਤੇ ਦਇਆ ਨਾਲ, ਤੁਹਾਡੇ ਬਖਸ਼ੇ ਹੋਏ ਸਾਹਾਂ ਦੇ ਨਾਲ ਜੀਵਨ ਜੀ ਰਹੇ ਨੇ। ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ। ਤੁਸੀਂ ਦਾਤੇ ਦਾਤਾਰ ਹੋ ਨਾ, ਤੁਹਾਡੇ ਤੋਂ ਬਿਨਾਂ ਇਸ ਸੰਸਾਰ ਵਿੱਚ ਕੋਈ ਦੂਜਾ ਦਾਤਾ ਨਹੀਂ। ਜੋ ਤੁਸੀਂ ਤਰਸ ਕਰਕੇ ਸਾਨੂੰ ਮੰਗਤਿਆਂ ਨੂੰ ਬਖਸ਼ ਦਿੰਦੇ ਹੋ ਨਾ, ਉਹ ਅਸੀਂ ਤੁਹਾਡੇ ਤੋਂ ਪ੍ਰਾਪਤ ਕਰਦੇ ਹਾਂ। ਤੁਹਾਡੀ ਕਿਰਪਾ ਦੇ ਨਾਲ ਪਾਪੀਆਂ ਨੂੰ, ਅਕਿਰਤ ਕਣਾਂ ਨੂੰ ਵੀ ਹਰ ਪ੍ਰਕਾਰ ਦੀ ਦਾਤ ਪ੍ਰਾਪਤ ਹੋਇਆ ਕਰਦੀ ਹੈ। ਹੇ ਰੱਬ ਜੀ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਤੁਹਾਡੀ ਕਿਰਪਾ ਦੇ ਵਿੱਚ ਜੀਵ ਨੂੰ ਇੰਨਾ ਕੁ ਮਾਣ ਅਤੇ ਇੰਨੇ ਕੁ ਸੁੱਖ ਪ੍ਰਾਪਤ ਹੁੰਦੇ ਨੇ, ਜਿਸ ਦਾ ਦੇਣ ਕੋਈ ਜੀ ਦੇ ਨਹੀਂ ਸਕਦਾ। ਤੁਹਾਡੀ ਬਖਸ਼ਿਸ਼ਾਂ ਦਾ ਸਾਗਰ ਇੰਨਾ ਵਿਸ਼ਾਲ ਏ, ਇੰਨਾ ਡੂੰਘਾ ਹੈ ਕਿ ਹੇ ਪਿਆਰੇ ਸਤਿਗੁਰੂ, ਅਸੀਂ ਤਾਂ ਸਾਗਰ 'ਤੇ ਕੰਢੇ ਬਹਿ ਕੇ
ਕੇਵਲ ਤੇਰੇ ਰੰਗ ਪਏ ਤੱਕਨੇ ਆ। ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵਲ ਚੀਰਾ। ਵਾਹਿਗੁਰੂ ਜੀ, ਤੁਹਾਡਾ ਪਸਾਰਾ ਕਿੰਨਾ ਵਿਸ਼ਾਲ ਏ, ਤੁਸੀਂ ਕੈਸੇ ਦਿਆਲ ਹੋ, ਸਾਡੇ ਔਗਣ ਵੀ ਨਹੀਂ ਚਿਤਾਰਦੇ, ਸਾਨੂੰ ਹਰ ਪ੍ਰਕਾਰ ਦਾ ਸੁੱਖ ਬਖਸ਼ਦੇ ਵੀ ਹੋ, ਸਾਡੀਆਂ ਭੁੱਲਾਂ ਵੀ ਵਿਸਾਰ ਦਿੰਦੇ। ਮੈਂ ਨਿੱਤ ਨਿੱਤ ਭੁੱਲਾਂ ਕਰਾਂ, ਤੁਸੀਂ ਤਾਂ ਵੀ ਚੇਤਾ ਨਹੀਂ ਕਰਦੇ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ। ਇਹੀ ਤਾਂ ਜੀਵ ਦੀ ਹਾਲਤ ਹੈ ਨਾ, ਜਿਸ ਦਾਤੇ ਦਾ ਬਖਸ਼ਿਆ ਸੁੱਖ ਪ੍ਰਾਪਤ ਕਰਕੇ ਉਸ ਦਾਤੇ ਨੂੰ ਭੁੱਲ ਜਾਵੇ, ਉਹ ਫਿਰ ਅਕਿਰਤ ਕਣ ਹੋਇਆ ਨਾ। ਨਿਤਾ ਪ੍ਰਤੀ ਉਸ ਦਾਤੇ ਦੇ ਦਰੋਂ ਘਰੋਂ ਸੁੱਖ ਪ੍ਰਾਪਤ ਹੁੰਦੇ ਨੇ, ਉਹਨਾਂ ਸੁੱਖਾਂ ਨੂੰ ਹੰਢਾਉਂਦਿਆਂ ਹੇ ਗੁਰਦੇਵ ਜੀ, ਤੁਹਾਨੂੰ ਹਰ ਘੜੀ ਭੁੱਲ ਜਾਂਦੇ ਹਾਂ, ਤੁਹਾਡਾ ਚੇਤਾ ਨਹੀਂ ਕਰਦੇ। ਸਭ ਕੁਝ ਯਾਦ ਰਹਿੰਦਾ, ਤੁਹਾਡਾ ਸਿਮਰਨ ਕਰਨਾ ਭੁੱਲ ਜਾਂਦੇ ਹਾਂ, ਤੁਹਾਡਾ ਚਿਤਵਨ ਕਰਨਾ ਕਦੇ ਜੀਵਨ ਵਿੱਚ ਯਾਦ ਨਹੀਂ ਆਇਆ। ਪਰ ਦੀਨ ਕੇ ਦਿਆਲ ਦਾਤੇ, ਤੁਸੀਂ ਕੈਸੇ ਬਖਸ਼ਣ ਦੋ, ਤੁਸੀਂ ਰਿਜ਼ਕ ਦੇਣਾ ਨਹੀਂ ਭੁੱਲਦੇ, ਤੁਸੀਂ ਹਰ ਪ੍ਰਕਾਰ ਦੇ ਸੁੱਖ ਸਾਡੀ ਝੋਲੀ ਵਿੱਚ ਪਾਏ ਨੇ, ਕਿਸੇ ਪ੍ਰਕਾਰ ਦੇ ਸੁੱਖ ਤੋਂ ਸਾਨੂੰ ਵਾਂਝਾ ਨਹੀਂ ਰੱਖਿਆ। ਗੁਰੂ ਕੇ ਸਿੱਖੋ, ਕਦੇ ਇਸ ਵਿਚਾਰ ਨੂੰ ਆਪਣੇ ਹਿਰਦੇ ਦੇ ਅੰਤਹਿਕਰਨ ਵਿੱਚੋਂ, ਗਹਿਰਾਈ ਵਿੱਚੋਂ ਲੱਭ ਕੇ ਵੇਖਣਾ। ਅਸੀਂ ਨਿਤਾ ਪ੍ਰਤੀ ਗੁਰਬਾਣੀ ਪੜ੍ਹਦੇ ਹਾਂ, ਇਹ ਗੱਲਾਂ ਕਿਸ ਦੇ ਨਾਲ ਕਰਦੇ ਹਾਂ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡੀਆਂ ਸਿੱਧੀਆਂ ਗੱਲਾਂ ਉਸ ਰੱਬ ਦੇ ਨਾਲ, ਹਰੀ ਪਿਆਰੇ ਦੇ ਨਾਲ ਕਰਾਉਂਦੇ ਨੇ। ਜਦੋਂ ਅਸੀਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾਲਾ ਜੀਓ। ਪੜ੍ਹਦਿਆਂ ਤੇ ਜ਼ਿੰਦਗੀ ਬੀਤ ਗਈ, ਪਰ ਕਦੇ ਵਿਚਾਰ ਕੇ ਵੇਖੀਏ, ਇਹ ਅਸੀਂ ਕਿਹਨੂੰ ਪਏ ਆਖਨੇ ਆ? ਸਿੱਧੀਆਂ ਉਸ ਅਕਾਲ ਪੁਰਖ ਦੇ ਨਾਲ ਸਾਡੀਆਂ ਗੱਲਾਂ ਪਈਆਂ ਹੁੰਦੀਆਂ ਨੇ। ਵਿਚਕਾਰ ਕੋਈ ਗੁਰੂ ਨੇ ਦੂਜਾ ਪਾਇਆ ਹੀ ਨਹੀਂ, ਕੋਈ ਮੀਡੀਏਟਰ ਰੱਖਿਆ ਹੀ ਨਹੀਂ। ਜੋ ਸੰਸਾਰ ਦੇ ਵਿੱਚ ਵਿਚੋਲਾ ਹੋਣ ਦਾ ਦਾਅਵਾ ਕਰਦਾ, ਉਹ ਝੂਠ ਹੈ, ਨਿਰਾ ਕਪਟ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿੱਧਾ ਕਰਤਾਰ ਦੇ ਨਾਲ ਜੋੜਦੇ ਨੇ, ਸਿੱਧਾ ਨਿਰੰਕਾਰ ਦੇ ਨਾਲ ਜੋੜਦੇ ਨੇ। ਨਿਤਾ ਪ੍ਰਤੀ ਬਾਣੀ ਪੜ੍ਹਨ ਵਾਲਿਓ, ਕਦੇ ਅਹਿਸਾਸ ਕਰਿਓ, ਸਾਡੀਆਂ ਸਿੱਧੀਆਂ ਰੱਬ ਨਾਲ ਗੱਲਾਂ ਹੋ ਰਹੀਆਂ ਨੇ। ਇਹ ਗੱਲਾਂ ਰੱਬ ਨਾਲ ਕੌਣ ਕਰਾ ਰਿਹਾ? ਸਾਹਿਬੇ ਕਮਾਲ ਸ਼ਬਦ ਸਰੂਪ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦਾ ਆਸਰਾ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹੇ
ਸਤਿਗੁਰੂ ਤੁਹਾਡੇ ਕਿਹੜੇ ਕਿਹੜੇ ਗੁਣ ਗਾਇਨ ਕਰਾਂ, ਤੁਹਾਨੂੰ ਕਿਵੇਂ ਆਰਾਧਨਾ ਕਰਾਂ, ਤੁਹਾਡੇ ਕਿਹੜੇ ਗੁਣ ਦੀ ਸਿਫਤ ਸਲਾਹ ਕਰਾਂ। ਦਾਤਿਆ, ਤੇਰੇ ਗੁਣ ਤਾਂ ਮਿਸ਼ਰੀ ਦੀ ਡੱਲੀ ਵਾਂਗੂ ਨੇ। ਜਿਵੇਂ ਮਿਸ਼ਰੀ ਨੂੰ ਜਿਸ ਪਾਸਿਓਂ ਚਾਹੇ ਰਸਨਾ ਤੋਂ ਲਾ ਲਈਏ ਨਾ, ਮਿਸ਼ਰੀ ਹਰ ਪਾਸਿਓਂ ਮਿੱਠੀ ਹੈ, ਹਰ ਪਾਸੋਂ ਇੱਕੋ ਜਿਹਾ ਸਵਾਦ ਹੈ। ਸਤਿਗੁਰੂ, ਤੇਰੇ ਗੁਣ ਵੀ ਠੀਕ ਇਸੇ ਪ੍ਰਕਾਰ ਨੇ। ਜਿਹੜਾ ਚਾਹੀਏ, ਜਦੋਂ ਚਾਹੀਏ, ਜਿਸ ਗੁਣ ਦੇ ਵੀ ਵਿਚਾਰ ਕਰ ਲਈਏ, ਤੇਰੇ ਸਾਰੇ ਗੁਣ ਬੜੇ ਮਿੱਠੇ ਨੇ। ਜਿੱਥੋਂ ਚਾਹੇ ਮਨੁੱਖ ਤੇਰੀ ਪੜ੍ਹਾਈ ਕਰ ਲਵੇ, ਤੇਰੀਆਂ ਬਾਤਾਂ ਪਾ ਲਵੇ, ਉੱਥੋਂ ਹੀ ਤੇਰੀਆਂ ਬਾਤਾਂ ਮਿੱਠੀਆਂ ਜਾਪਦੀਆਂ ਨੇ। ਜਿੱਥੇ ਜਾਏ ਬਹੀਏ ਭਲਾ